ਸੋਢੀ ਪ੍ਰੋਡਕਸ਼ਨ ਹਾਊਸ ਪੇਸ਼ ਕਰਦੇ ਨੇ ਦਸਬੰਦ ਕੱਢਣਾ ਹੈ ਨੇਕ ਕਮਾਈ ਵਿੱਚੋਂ ਇਹ ਨਾ ਹੋਵੇ ਸਾਰਾ ਦਿਨ ਸੌਦਾ ਘੱਟ ਤੋਲੀ ਜਾਵੇ ਤੇ ਸ਼ਾਮ ਨੂੰ ਦਸਵਾਂ ਹਿੱਸਾ ਕੱਢ ਕੇ ਗੁਰੂ ਦੀ ਗੋਲਕ ਪਾ ਜਾਵੇ ਹੀਰਾ ਫੇਰੀ ਤੇ ਪਾਪ ਦੀ ਕਮਾਈ ਵਿੱਚੋਂ ਦਿੱਤਾ ਦਸਬੰਦ ਸਤਿਗੁਰੂ ਕਬੂਲਦੇ ਨਹੀਂ ਲੋ ਪਹਿਲਾਂ ਤੁਹਾਨੂੰ ਪੰਗਤੀ ਸੁਣਾ ਦੇਵਾਂ ਮੋਹਰ ਲੱਗ ਜਾਵੇ ਇੱਕ ਖੋਟੇ ਇੱਕ ਖਰੇ ਆਪੇ ਪਰਖਣ ਹਾਰ ਖਰੇ ਖਜਾਨੇ ਪਈਏ ਸੱਟੀਏ ਬਾਰੇ ਬਾਰ ਹੀਰਾ ਫੇਰੀ ਦੀ ਕਮਾਈ ਦਾ ਦਸਵੰਦ ਸਤਿਗੁਰੂ ਕਬੂਲਦੇ ਨੇ ਇੱਕ ਪਠਾਨ ਮਸਜਿਦ ਬਣਾ ਰਿਹਾ ਸੀ ਬਹੁਤ ਸਾਰੇ ਮਜ਼ਦੂਰ ਲੱਗੇ ਕੰਮ ਕਰ ਰਹੇ ਸੀ ਤੇ ਉਹ ਕੋਲ ਖਲੋਤਾ ਕਰਵਾ ਰਿਹਾ ਸੀ ਇੱਕ ਫਕੀਰ ਕੋਲ ਨਹੀਂ ਲੰਘਿਆ ਹੈ ਉਹ ਦੇਖ ਕੇ ਪਤਾ ਕੀ ਕਹਿੰਦਾ ਹੈ ਕਹਿੰਦਾ ਅੱਲਾਹ ਤੂੰ ਕਦੀ ਸੋਚਿਆ ਸੀ ਤੇਰੇ ਬੰਦੇ ਵੀ ਤੇਰੇ ਨਾਲ ਮਖੌਲ ਕਰਿਆ ਕਰਨਗੇ ਤੂੰ ਕਦੀ ਸੋਚਿਆ ਹੀ ਨਹੀਂ ਹੋਣਾ ਤੇਰੇ ਬੰਦੇ ਤੇਰੇ ਨਾਲ ਮਖੌਲ ਕਰਨਗੇ ਉਹ ਪਠਾਨ ਕਹਿੰਦਾ ਹੈ ਫਕੀਰ ਸਾਈਂ ਤੂੰ ਮੈਨੂੰ ਕਹਿ ਰਿਹਾ ਹੈ ਹਾਂ ਤੈਨੂੰ ਹੀ ਕਹਿ ਰਿਹਾ ਉਹ ਕਹਿੰਦਾ ਮੈਂ ਕਿਹੜਾ ਮਖੌਲ ਕਰਦਾ ਇਹ ਜਿੰਨਾ ਸਮਾਨ ਮਟੀਰੀਅਲ ਸਭ ਕੁਝ ਲੱਗਣਾ ਮੇਰਾ ਮੈਂ ਖਰਚਾ ਕਰਦਾ ਪਿਆ ਫਕੀਰ ਕਹਿੰਦਾ ਪਠਾਨ ਵੀਰ ਇੱਕ ਗੱਲ ਮੈਨੂੰ ਦੱਸ ਤੂੰ ਮਰੇ ਹੋਏ ਪਸ਼ੂ ਦਾ ਮਾਸ ਖਾ ਲਵੇਗਾ ਉਹ ਕਹਿੰਦਾ ਨਹੀਂ ਸਾਡੇ ਵਿੱਚ ਉਹ ਹਰਾਮ ਹੁੰਦਾ ਹੈ ਫਕੀਰ ਕਹਿੰਦਾ ਵੀ ਜੇ ਚੰਗੀ ਤਰ੍ਹਾਂ ਬਣਾ ਦਿੱਤਾ ਜਾਵੇ ਫਿਰ ਤੂੰ ਖਾ ਲੈਣਾ ਹੈ ਉਹ ਕਹਿੰਦਾ ਹਰਾਮ ਹਰਾਮ ਹੀ ਹੁੰਦਾ ਏ ਫਕੀਰ ਕਹਿੰਦਾ ਓਏ ਵੀਰਾ ਇੱਕ ਗੱਲ ਮੈਨੂੰ ਦੱਸ ਤੇਰੀ ਹਰਾਮ ਦੀ ਕਮਾਈ ਮਸੀਤ ਤੇ ਲਾਉਣ ਨਾਲ ਕਿਵੇਂ ਹਲਾਲ ਦੀ ਹੋਏਗੀ ਇਹ ਗੱਲ ਗੁਰੂ ਗ੍ਰੰਥ ਸਾਹਿਬ ਜੀ ਵੀ ਕਹਿੰਦੇ ਨੇ ਹਰਾਮ ਦੀ ਕਮਾਈ ਗੁਰਦੁਆਰੇ ਵੀ ਲਿਆ ਕੇ ਰੱਖ ਦੇਵੇਂਗਾ ਹਲਾਲ ਦੀ ਨਹੀਂ ਹੋਣੀ ਮਾਰਣ ਪੈ ਹਰਾਮ ਮੇ ਹੋਏ ਹਲਾਲ ਨ ਜਾਏ ਸਤਿਕਾਰਯੋਗ ਸਾਧ ਸੰਗਤ ਜੀਓ ਇਸ ਕੀਰਤਨੀਏ ਦੀ ਤੁਹਾਡੇ ਨਾਲ ਸਾਂਝ ਬਣੀ ਰਹੇ ਗੁਰਮਤ ਦੇ ਪ੍ਰਚਾਰ ਤੇ ਪ੍ਰਸਾਰ ਲਈ ਕੀਤਾ ਹਰ ਉਪਰਾਲਾ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚੇ ਬਿੱਲ ਵਾਲੇ ਆਈਕੋਨ ਨੂੰ ਜ਼ਰੂਰ ਦਬਾ ਦੇਣਾ ਜੀ।